is South Asian Media Group, Y Media. ਅਸੀਂ ਇਹ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕੈਗ ਦੀ ਰਿਪੋਰਟ ਆਈ ਹੈ। ਕੈਗ ਨੇ ਕਿਹਾ ਹੈਗਾ ਉਹਨੇ ਬਾਕੀ ਸਟੇਟਸ ਦੇ ਬਾਰੇ ਵੀ ਗੱਲ ਕੀਤੀ ਹੈ, ਲੇਕਿਨ ਪੰਜਾਬ ਦੇ ਬਾਰੇ ਵੀ ਗੱਲ ਕਰਦੇ ਹਾਂ। ਕੈਗ ਦੀ ਇਸ ਰਿਪੋਰਟ ਦੇ ਵਿੱਚ ਸਾਫ਼ ਕੀਤਾ ਗਿਆ ਹੈਗਾ ਕਿ ਪੰਜਾਬ ਸਰਕਾਰ ਦੀ ਗਰੋਥ ਹੁੰਦੀ ਨਜ਼ਰ ਨਹੀਂ ਆ ਰਹੀ। ਕਾਰਨ ਉਨ੍ਹਾਂ ਨੇ ਕੈਗ ਨੇ ਆਪਣੀ ਰਿਪੋਰਟ ਦੇ ਵਿੱਚ ਸਾਫ਼ ਜ਼ਾਹਿਰ ਕੀਤਾ ਹੈ। ਕੈਗ ਦਾ ਕਹਿਣਾ ਹੈਗਾ ਕਿ ਜਿੰਨਾ ਕੁ ਇਨਕਮ ਪੰਜਾਬ ਸਰਕਾਰ ਨੂੰ ਹੋ ਰਹੀ ਹੈ ਉਹ ਕਰਜ਼ਿਆਂ ਦੀ ਅਦਾਇਗੀ ਦੇ ਵਿੱਚ ਜਾ ਰਹੀ ਹੈ, ਔਰ ਕਰਜ਼ਿਆਂ ਦੀ ਅਦਾਇਗੀ ਤੋਂ ਜਿਹੜਾ ਪੈਸਾ ਬਚਦਾ ਹੈ ਉਹ ਮੁਲਾਜ਼ਮਾਂ ਦੀ ਤਨਖਾਹ ਤੇ ਔਰ ਪੈਨਸ਼ਨ ਤੇ ਜਾ ਰਹੀ ਹੈ, ਔਰ ਉਸ ਤੋਂ ਬਾਅਦ ਜੇ ਕੋਈ ਪੈਸਾ ਬਚਦਾ ਹੈ ਤੇ ਉਹ ਸਬਸਿਡੀ ਦੇ ਉੱਤੇ ਜਾ ਰਿਹਾ, ਜਿਹਦੇ ਕਾਰਨ ਕਿ ਬਹੁਤ ਸਾਰੇ ਲੋਕ ਭਲਾਈ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਵਾਸਤੇ ਪੈਸਾ ਬਹੁਤ ਜ਼ਿਆਦਾ ਨਹੀਂ ਬਚਦਾ। ਪੰਜਾਬ ਸਰਕਾਰ ਨੂੰ ਸਬਸਿਡੀ ਦੇ ਬਾਰੇ ਸੋਚਣਾ ਪਏਗਾ, ਲੇਕਿਨ ਇਹਦੇ ਵਿੱਚ ਸਿਆਸਤ ਹੁਣ ਜ਼ਿਆਦਾ ਹੈਗੀ। ਹਰ ਪਾਰਟੀ ਸਬਸਿਡੀ ਦੀ ਗੱਲ ਕਰਦੀ ਹੈ ਔਰ ਫਿਰ ਉਹਨੂੰ ਨਿਭਾਉਣਾ ਵੀ ਪੈਂਦਾ, ਜਿਹਦੇ ਕਾਰਨ ਕਿ ਇਸ ਵੇਲੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਖੂਬ ਜ਼ਿਆਦਾ ਪੈਸਾ ਲੋਕ ਭਲਾਈ ਦੇ ਕੰਮਾਂ ਵਾਸਤੇ ਨਹੀਂ ਬਚਦਾ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।